ਉੱਥੇ ਅਰਵਿੰਦ ਕੇਜਰੀਵਾਲ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਦੌਰਾਨ ਉਦੋਂ ਮੁਸ਼ਕਲਾਂ ਖੜੀਆਂ ਹੋ ਗਈਆਂ ਜਦੋਂ ਅਕਾਲੀ ਭਾਜਪਾ ਵੱਲੋਂ ਕੇਜਰੀਵਾਲ ਨੂੰ ਕਾਲੇ ਝੰਡੇ ਦਿਖਾਏ ਜਾ ਰਹੇ ਸਨ ਅਤੇ ਅਚਾਨਕ ਕੇਜਰੀਵਾਲ ਦੇ ਸੰਬੋਧਨ ਦੌਰਾਨ ਯੂਥ ਕਾਂਗਰਸ ਦੇ ਵਰਕਰਾਂ ਅਤੇ ਆਮ ਆਦਮੀ ਪਾਰਟੀ ਵਰਕਰਾਂ ਵਿੱਚ ਝੜਪ ਹੋ ਗਈ। ਦਰਅਸਲ ਕੇਜਰੀਵਾਲ ਤੋਂ ਕੁਝ ਸਵਾਲ ਪੁੱਛਣ ਦੇ ਲਈ ਕਾਂਗਰਸ ਵੱਲੋਂ ਇਸ਼ਾਰਾ ਕੀਤਾ ਗਿਆ ਤਾਂ ਆਮ ਆਦਮੀ ਪਾਰਟੀ ਆਗੂਆਂ ਨੇ ਉਹਨਾਂ ਦੀ ਮਾਰ ਕੁਟਾਈ ਸ਼ੁਰੂ ਕਰ ਦਿੱਤੀ ਅਤੇ ਦੇਖਦੇ ਕਾਂਗਰਸ ਵਰਕਰ ਲਹੂ ਲੁਹਾਣ ਹੋ ਗਏ। ਪਰ ਅਜਿਹੇ ਵਿੱਚ ਕੇਜਰੀਵਾਲ ਨੇ ਆਪਣਾ ਭਾਸ਼ਣ ਜਾਰੀ ਰੱਖਿਆ, ਜਿਸ ਤੋਂ ਬਾਅਦ ਰੋਸ ਵਿੱਚ ਆਏ ਯੂਥ ਕਾਂਗਰਸ ਦੇ ਵਰਕਰਾਂ ਨੇ ਧਰਨਾ ਲਗਾ ਕੇ ਕੇਜਰੀਵਾਲ ਦੇ ਸਾਥੀਆਂ ਨੂੰ ਗੁੰਡੇ ਦੱਸਿਆ। ਪਿੰਡ ਵਿੱਚ ਆਏ ਸੀ ਕੇਜਰੀਵਾਲ ਨਾਲ ਗੱਲ ਕਰਨ ਕਿ ਕੇਜਰੀਵਾਲ ਸਾਹਿਬ ਅਸੀਂ ਵੀ ਇੱਥੇ ਆਏ ਹਾਂ, ਤੁਸੀਂ ਲੋਕਾਂ ਦੀ ਮੁਸ਼ਕਲਾਂ ਸੁਣਨਾ ਸੀ ਵੀ ਕੋਈ ਮੁਸ਼ਕਲ ਦੱਸਣਾ, ਪਰ ਆਹ ਵੇਖੋ ਇਹ ਯੂਥ ਕਾਂਗਰਸ ਦੇ ਮੈਂਬਰਾਂ ਦਾ ਕੇਜਰੀਵਾਲ ਦੇ ਸਾਰੇ ਗੁੰਡਿਆਂ ਨੇ ਕੀ ਹਾਲ ਕੀਤੇ ਨੇ, ਉਹ ਤੁਸੀਂ ਸਾਰਿਆਂ ਨੇ ਵੇਖਿਆ, ਉੱਥੇ ਇੱਟਾਂ ਮਾਰੀਆਂ, ਰੋੜੇ ਮਾਰੇ, ਅਸੀਂ ਕੋਈ ਰੋਲੜਬਾਜ਼ੀ ਕਰਨੀ, ਅਸੀਂ ਤਾਂ ਗੱਲ ਕਰਨਾ ਸੀ ਸਿਰਫ। ਦੱਸੋ ਇਹ ਡਰਾਮੇ ਕਰ ਕਰਕੇ ਦਿੱਲੀ ਨੂੰ ਬੇੜਾ ਗਰਕ ਕਰਨ ਵਾਲਾ ਇਹ ਇਨਸਾਨ ਹੁਣ ਪੰਜਾਬ ਲੁੱਟਣ ਦੀਆਂ ਗੱਲਾਂ ਕਰਦਾ, ਦੱਸੋ ਜਿੱਥੇ ਇਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਸੀ ਅਰਵਿੰਦ ਕੇਜਰੀਵਾਲ ਦਾ, ਉੱਥੇ ਅਸੀਂ ਅਰਵਿੰਦ ਕੇਜਰੀਵਾਲ ਨਾਲ ਗੱਲ ਕਰਨ ਗਏ ਤਾਂ ਉੱਥੇ ਸਾਡੀ ਗੱਲ ਕੀ ਸੁਣਨੀ ਸੀ, ਸਾਡੇ ਉੱਤੇ ਨਾ ਪੱਥਰਬਾਜ਼ੀ ਅਤੇ ਇੱਟਾਂ ਸ਼ੁਰੂ ਕਰਤੀਆਂ ਇਹਨਾਂ ਨੇ ਸਾਡੇ 'ਤੇ, ਇਹ ਕਹਿੰਦੇ ਅਸੀਂ ਆਮ ਆਦਮੀ ਪਾਰਟੀ ਹੈ, ਕਿੱਥੋਂ ਦੀ ਆਮ ਆਦਮੀ ਪਾਰਟੀ ਆ, ਇਹਨਾਂ ਗੁੰਡਾ ਰਾਜ ਹੈ ਇਹਨਾਂ ਦਾ, ਇਹਨਾਂ ਕੋਲ ਲੋਕਾਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਕਿ ਇਹਨਾਂ ਦੀਆਂ ਗੱਲਾਂ 'ਚ ਨਾ ਆਓ, ਇਹਨਾਂ ਦੇ ਇਹ ਬਹੁਤ ਹੀ ਹੋਰ ਤਰ੍ਹਾਂ ਦੇ ਗੁੰਡੇ ਬੰਦੇ ਆ, ਇਹ ਤੁਹਾਨੂੰ ਗੁੰਮਰਾਹ ਕਰਨ ਲਈ ਇਸ ਪਿੰਡ ਵਿੱਚ ਪੱਕਾ ਪਿੰਡ ਵਿੱਚ ਆਏ ਨੇ।